ਬਰ ਸ਼੍ਰੀ ਹਰਗੋਬਿੰਦ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪੱਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਜਿਨ ਕੇ ਬੜੇ ਭਾਗ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁੜੇ। ਸਤਿਗੁਰੂ ਜੀ ਨੇ ਆਪਣੇ ਉੱਤੇ ਕਿਰਪਾ ਕੀਤੀ ਹੈ, ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਲੜੀਵਾਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਅੱਜ ਸੰਗਰਾਂਦ ਦਾ ਵੀ ਦਿਹਾੜਾ ਹੈ ਸਾਧ ਸੰਗਤ ਜੀ। ਨਾਨਕ ਕਉ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸਹਿ ਸਭੇ ਸੋਚ। ਬੰਦਾ ਕਰਮਾਂ ਦੇ ਵੱਸ ਪਿਆ ਜੀ, ਬ੍ਰਹਮ ਗਿਆਨੀ ਪੁਰਸ਼ ਕਰਮਾਂ ਤੋਂ ਰਹਿਤ ਨੇ, ਬਾਕੀ ਸਾਰੇ ਕਰਮਾਂ ਦੇ ਵੱਸ ਹਨ ਸਾਧ ਸੰਗਤ ਜੀ। ਉਹ ਵੀ ਆਪਾਂ ਅਖਰੀ ਅਰਥ ਸਰਵਣ ਕਰਾਂਗੇ। ਪਹਿਲਾਂ ਕੁਝ ਸਮਾਂ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ ਜੀ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਨਾਹਣ ਵੱਲ ਨੂੰ ਚਾਲਾ ਪਾਇਆ ਜੀ। ਰਾਜੇ ਮੇਦਨੀ ਪ੍ਰਕਾਸ਼ ਨੇ ਬੜੇ ਪਿਆਰ ਨਾਲ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਬੇਨਤੀ ਭੇਜੀ ਹੈ। ਅਸਲ ਵਿੱਚ ਰਾਜੇ ਮੇਦਨੀ ਪ੍ਰਕਾਸ਼ ਦਾ ਫਤਿਹ ਸ਼ਾਹ ਦੇ ਨਾਲ ਰੌਲਾ ਹੈਗਾ ਜੀ, ਉਹਦੇ ਨਾਲ ਫਤਿਹ ਸ਼ਾਹ ਦੀ ਬਣਦੀ ਨਹੀਂ ਹੈਗੀ। ਰਾਜੇ ਮੇਦਨੀ ਪ੍ਰਕਾਸ਼ ਦੀ ਕਿਸੇ ਸਮੇਂ ਵੀ ਫਤਿਹ ਸ਼ਾਹ ਦੇ ਨਾਲ ਜੰਗ ਹੋ ਸਕਦੀ ਹੈ ਜੀ। ਮੇਦਨੀ ਪ੍ਰਕਾਸ਼ ਡਰਦਾ ਵੀ ਫਤਿਹ ਸ਼ਾਹ ਵੱਡਾ ਰਾਜਾ, ਉਹਦੇ ਕੋਲ ਇਲਾਕਾ ਵੱਡਾ, ਮੈਂ ਛੋਟਾ ਹਾਂ, ਇਸ ਕੰਮ ਤੋਂ ਬਚਣ ਵਾਸਤੇ ਅਤੇ ਉਹਨੇ ਫਿਰ ਗੁਰੂ ਸਾਹਿਬ ਮਹਾਰਾਜ ਜੀ ਦੀ ਸਰਣ ਤੱਕੀ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਚੱਲੇ ਹਨ ਜੀ ਨਾਹਣ ਵੱਲ ਨੂੰ। ਤੁਹਾਨੂੰ ਪਤਾ ਬੜੀ ਲੰਮੀ ਵਿਚਾਰ ਹੋਈ ਸੱਚੇ ਪਾਤਸ਼ਾਹ ਜੀ ਦੀ। ਜਦੋਂ ਮਹਾਰਾਜ ਨਾਹਣ ਨੂੰ ਚੱਲੇ ਨਾ ਜੀ, ਅਤੇ ਪਹਿਲਾਂ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਜੀ। ਵੱਡੇ ਸਤਿਗੁਰਾਂ ਦੀ, ਦਾਦਾ ਸਤਿਗੁਰੂ ਜੀ ਦੀ ਨਗਰੀ ਹੈ ਸ਼੍ਰੀ ਕੀਰਤਪੁਰ ਸਾਹਿਬ। ਉਂਝ ਕੀਰਤਪੁਰ ਸਾਹਿਬ ਵਿੱਚ ਜਗਤ ਗੁਰੂ, ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਚਰਨ ਪਾਏ ਹਨ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ
बाबा जी बाबा गुरदित्ता जी रहे उत्थे उन्हां शरीर त्यागिया। साईं बुढ़ण शाह ने उत्थे बंदगी की। महाराज जी उस नगरी नूं महान जान के कीरतपुर साहब गुरु जी गए। कड़ाह प्रसाद की देग सतगुरु जी ने बनवाई जी। उत्थे फिर महाराज ने कड़ाह प्रसाद की देग भेटा करके सारे अस्थाना की यात्रा की ते नमस्कार की। फिर महाराज उत्थों चले रात रहे, पहला उत्थों चले रात रोपड़ रहे जी। इस तरह सफ़र करद्या करद्या सतगुरु जी नाहन पहुँचे जी। मेदनी प्रकाश नूं पता लगा भी सच्चे पातशाह नाहन आए ने। मेदनी प्रकाश अपनियां फौजां नूं नाल लै के धन की थैली लै के गुरु जी नूं हेठां जा के मिलिया जी। बड़े सत्कार नाल प्यार दे नाल मेदनी प्रकाश सतगुरु जी नूं उपर लै के आया है। बहुता ही साध संगत जी उन्हें सत्कार किया सच्चे पातशाह जी का। फिर बाहर वार उपरले पहाड़ ते जिथे खुली थां सी उत्थे फिर सतगुरु जी का आसन लवाया। लंगर पानी का बड़ा सोहना प्रबंध किया। अगले दिन मेदनी प्रकाश सतगुरु जी दे कोल आया। मेदनी प्रकाश ने हाथ जोड़ के सतगुरु जी ने बेनती की, महाराज सारा ही इलाका आप जी का है, जिन्ना मेरा इलाका सब तुहाडा है। जिथे मर्जी आप जी विचरो, जिथे मर्जी आसन लाओ, महाराज कल आपां चलांगे, तुसीं कृपा करियो आप जगह पसंद कर लियो। सो अज सतगुरु जी ने जिस थां उत्ते पक्का आसन लाउणा जी, वह जगह सतगुरु जी ने पसंद करनी है। अज दा ये प्रसंग है। आओ जिन्ना समा गुरु जी कृपा करनगे आपां सारी संगत सतगुरु जी दे चरणां दा ध्यान धारीए। गज के कहो धन धन श्री गुरु गोबिंद सिंह साहिब जी महाराज। धन धन श्री गुरु गोबिंद सिंह साहिब जी महाराज। धन धन श्री गुरु गोबिंद सिंह साहिब जी महाराज। धन धन श्री गुरु गोबिंद सिंह साहिब जी महाराज। सब संगत गज के आखो जी सतनाम श्री वाहे गुरु साहिब जी। सतनाम श्री वाहे गुरु साहिब जी। हाँ जी, सतनाम श्री वाहिगुरु साहिब जी। दोहरा बजियो नगारा कूच को जीन तुरंगन पाए, पयो त्यार डेरा सकल उत नाहन पत्र आए। अगला दिन चढ़िया जी, भजन बंदगी सेवा सिमरन होया, प्रसाद पानी गुरु जी ने छकिया। फिर कूच का नगारा बजवाया जी महाराज ने। चाला पाया भी हुण नाहन विच जगह वेखनी है जी। उधरों फिर तैयार हो के मेदनी प्रकाश जिहड़ा वह भी साध संगत जी आया है। कबित खेल बे अखेल को समाज राज लीन बाज, बाज पै अरूढ़ पै गुरु के तीर आयो है। शिकार खेडण दा भी फुरना सतगुरु जी ने बनाया। राजा शिकार खेडण वास्ते सात संगत जी नाल आया, नाले उन्हें इलाका विखाउणा। कहिंदे खेल बे अखेर को समाज राज लीन बाज, बाज पै अरूढ़ होय गुरु के तीर आयो है। नाल बाज लिया, घोड़े दे उत्ते बैठ के मेदनी प्रकाश सतगुरु जी दे नेड़े आया। कीन पद बंदना आनंद है मुकंद जान, चढ़े प्रभ बाह कर तुंद को चलायो है। मेदनी प्रकाश भी तैयार होके आया, सतगुरु जी नू नमस्कार कीती उन्हें जी। जदों नमस्कार कीती ते महाराज गरीब नवाज जी ने बचन कीता भी घोड़े उत्ते चढ़ो, हुण चाला पाईए। बाजत नगारे पगेर भारे भारे नादत हुए, कानन पधारे पद पद मुसुहायो है। गरीब नवाज सच्चे पातशाह जी महाराज नाल हन। बाजत नगारे गिर भारे भारे नादत हैं। ते जदों नगारा वजदा ना जी सतगुरु जी का, सारे पहाड़ा विच आवाज जांदी साध संगत जी। पता लगता भी कोई तुरिया आया है, पता लगता तुरिया। महाराज दा रणजीत नगारा मैनू कल परसों सिंह ने सेंड की सी, एक कवि ने लिखिया जी।
ਜਦੋਂ ਰਣਜੀਤ ਨਗਾਰਾ ਵੱਜਦਾ ਕਹਿੰਦੇ ਗੁਰੂ ਕੇ ਸਿੱਖ ਇਸ ਹਿਸਾਬ ਨਾਲ ਰਣਜੀਤ ਨਗਾਰਾ ਵਜਾਉਂਦੇ ਵੀ ਸਮੁੰਦਰ ਲਈ ਜਿਹੜੀ ਹੇਠਲੀ ਮਿੱਟੀ ਹੈ ਨਾ ਜੀ, ਸਮੁੰਦਰ ਦੇ ਥੱਲੇ ਦਰਿਆਵਾਂ ਦੇ ਥੱਲੇ ਵਾਲੀ ਜਿਹੜੀ ਮਿੱਟੀ ਹੈ ਉੱਥੋਂ ਤੱਕ ਧਮਕ ਪੈਂਦੀ ਹੈ ਜੀ। ਇੱਦਾਂ ਦਾ ਰਣਜੀਤ ਨਗਾਰਾ ਸਤਿਗੁਰੂ ਜੀ ਨੇ ਪਜਾਇਆ। ਕਹਿੰਦੇ ਜਿੰਨੀਆਂ ਮੱਛਲੀਆਂ ਨੇ ਸਾਧ ਸੰਗਤ ਜੀ ਉਹ ਹਰਕਤ 'ਚ ਆ ਜਾਂਦੀਆਂ ਨੇ ਜਦੋਂ ਸਤਿਗੁਰੂ ਜੀ ਦਾ ਰਣਜੀਤ ਨਗਾਰਾ ਵੱਜਦਾ ਜੀ। ਏਡਾ ਵਧੀਆ ਮਹਾਰਾਜ ਦਾ ਰਣਜੀਤ ਨਗਾਰਾ ਵੱਜਦਾ। ਸੋ ਰਣਜੀਤ ਨਗਾਰਾ ਸੱਚੇ ਪਾਤਸ਼ਾਹ ਜੀ ਨਾਲ ਲੈ ਕੇ ਆਏ ਹਨ, ਉਹ ਵੱਜ ਰਿਹਾ ਹੈ, ਸਾਰੇ ਪਾਸੇ ਆਵਾਜ਼ ਜਾ ਰਹੀ, ਕਾਨਨ ਪਧਾਰੇ ਗਨ ਪਾਦਪ ਸੁਹਾਇਓ ਹੈ। ਅਤੇ ਸੱਚੇ ਪਾਤਸ਼ਾਹ ਫਿਰ ਪਹਾੜੀ ਜੰਗਲਾਂ ਦੇ ਵਿੱਚ ਜਾ ਰਹੇ ਹਨ। ਮ੍ਰਿਗ ਕੋ ਪ੍ਰਹਾਰੈ ਸ਼ੋਰ ਧੁਪਕ ਪ੍ਰਹਾਰੈ ਕੋਈ, ਗੁਰੂ ਬਾਣ ਮਾਰੇ ਨਹੀਂ ਕੋ ਜਾਨ ਪਾਇਓ ਹੈ। ਬੜੇ ਰਸਤੇ ਵਿੱਚ ਸਾਧ ਸੰਗਤ ਜੀ ਮਿਰਗ ਆਏ, ਹਿਰਣ ਆਏ, ਕਈਆਂ ਨੂੰ ਤਾਂ ਤੀਰਾਂ ਨਾਲ ਮਾਰਿਆ, ਕਈਆਂ ਨੂੰ ਗੋਲੀ ਨਾਲ ਮਾਰਿਆ, ਅਤੇ ਸਤਿਗੁਰੂ ਜੀ ਨੇ ਜਾਣ ਨਹੀਂ ਦਿੱਤੇ ਅੱਗੇ ਜੀ। ਚੇਤਾ ਰੱਖਿਓ ਇਹ ਮੁਕਤ ਹੋ ਰਹੇ ਆ, ਮੁਕਤ ਜਿਹੜੇ ਸਤਿਗੁਰੂ ਜੀ ਦੇ ਹੱਥੋਂ ਮਰ ਰਹੇ ਆ ਨਾ ਜੀ, ਉਹ ਮੁਕਤ ਹੋ ਰਹੇ ਹਨ। ਗਿਰਵਰ ਤਰੇ ਤਰੇ ਤਰੋਵਰ ਤਰਾ ਤਰ ਬਾਟ ਅਰ ਪੀਪਰ ਬਨ ਬਾਰ ਜਾਲ ਹੈ। ਤੇ ਸਤਿਗੁਰੂ ਜੀ ਗਰੀਬ ਨਿਵਾਜ ਮਹਾਰਾਜ ਰੁੱਖਾਂ ਦੇ ਨਾਲ ਨਾਲ ਤੁਰੇ ਜਾ ਰਹੇ ਜੀ। ਪਹਾੜ ਦੇ ਹੇਠਾਂ ਨਾ ਜੀ ਰੁੱਖ ਹੈ, ਇਹ ਭਾਈ ਸੰਤੋਖ ਸਿੰਘ ਜੀ ਨੇ ਉਸ ਇਲਾਕੇ ਦਾ ਦ੍ਰਿਸ਼ ਲਿਖਿਆ ਜੀ। ਕਹਿੰਦੇ ਕਈ ਤਰ੍ਹਾਂ ਦੇ ਰੁੱਖ ਨੇ, ਬੜੇ ਬੜੇ ਬੋਹੜ ਨੇ, ਬੜੇ ਬੜੇ ਪਿੱਪਲ ਨੇ। ਸਾਧ ਸੰਗਤ ਜੀ ਅੱਜ ਵੀ ਜਦੋਂ ਪਾਉਂਟਾ ਸਾਹਿਬ ਦੇ ਇਲਾਕੇ 'ਚ ਜਾਈਏ ਨਾ, ਤਾਂ ਸਤਿਗੁਰੂ ਜੀ ਦੇ ਸਮੇਂ ਦੇ ਬੋਹੜ ਅਤੇ ਪਿੱਪਲਾਂ ਦੇ ਦਰਸ਼ਨ ਹੁੰਦੇ ਆ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਸ਼ੋਹ ਬਖਸ਼ਿਸ਼ ਕੀਤੀ ਜੀ। ਹਾਂਜੀ, ਹਰ ਬਹੇਰੇ ਖਰੇ ਆਮਲੇ ਉਚੇਰੇ ਪੀ, ਬੜੇ ਉੱਚੇ ਉੱਚੇ ਸਾਧ ਸੰਗਤ ਜੀ ਹਰੜਾਂ ਦੇ ਰੁੱਖ, ਬਹੇੜਿਆਂ ਦੇ ਰੁੱਖ, ਆਵਲਿਆਂ ਦੇ ਰੁੱਖ। ਸਿਅੰਦਨ ਬਡੇਰੇ ਪੈ ਕਨੇਰੇ ਕ੍ਰਿਤ ਮਾਲ ਹੈ, ਫਿਰ ਚੰਦਨ ਦੇ ਸਾਧ ਸੰਗਤ ਜੀ ਰੁੱਖ। ਇਸ ਤਰੀਕੇ ਨਾਲ ਕਈ ਰੁੱਖ ਜਿਹੜੇ ਹੈ ਉਹ ਉਸ ਇਲਾਕੇ ਵਿੱਚ ਗੁਰੂ ਜੀ ਵੇਖ ਰਹੇ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਤੁਸੀਂ ਕਹੋਗੇ ਵੀ ਇਹ ਕਿਹੜੀ ਕਥਾ ਸ਼ੁਰੂ ਕੀਤੀ ਹੈ, ਵੀ ਰੁੱਖਾਂ ਦੇ ਹੀ ਨਾਮ ਦੱਸੀ ਜਾਂਦੇ ਜੇ। ਸੰਗਤ ਜੀ ਜਿਨ੍ਹਾਂ ਨੂੰ ਕਦਰ ਦਾ ਪਤਾ ਹੈ ਨਾ, ਉਹਨਾਂ ਨੂੰ ਰੁੱਖਾਂ ਦੀ ਕਦਰ ਦਾ ਪਤਾ ਜੀ, ਉਹਨਾਂ ਨੂੰ ਨਾਮਾਂ ਨਾਲ ਇੰਟਰਸਟ ਹੁੰਦਾ ਜੀ। ਮਹਾਰਾਜ ਉਹਨਾਂ ਰੁੱਖਾਂ ਨੂੰ ਬੜੇ ਪਿਆਰ ਨਾਲ ਵੇਖਦੇ ਹੋਏ ਜਾ ਰਹੇ ਹੈ ਜੀ। ਕਿਤੇ ਬਹੇੜੇ ਦੇ ਰੁੱਖ ਆ ਰਹੇ ਹੈ, ਕਿਤੇ ਆਮਲੇ ਦੇ ਰੁੱਖ ਆ ਰਹੇ ਹੈ, ਕਿਤੇ ਚੰਦਨ ਦੇ ਆ ਰਹੇ ਹੈ। ਅਤੇ ਸਤਿਗੁਰੂ ਜੀ ਘੋੜੇ ਉੱਤੇ ਬੈਠੇ ਨੇ, ਮਹਾਰਾਜ ਉਹਨਾਂ ਰੁੱਖਾਂ ਨੂੰ ਬੜੇ ਪਿਆਰ ਨਾਲ ਸਤਿਗੁਰੂ ਜੀ ਵੇਖ ਰਹੇ ਹੈ। ਚੇਤਾ ਰੱਖਿਓ ਜਿਸ ਵੱਲ ਪਿਆਰ ਨਾਲ ਵੇਖੀਏ ਨਿਗਾਹ ਦਾ ਅਸਰ ਜਾਂਦਾ ਉਹਦੇ ਉੱਤੇ ਜੀ। ਜੇ ਬੰਦੇ ਵੱਲ ਪਿਆਰ ਨਾਲ ਵੇਖੀਏ ਜੀ, ਉਹ ਵੀ ਖੁਸ਼ ਹੋ ਜਾਂਦਾ ਜੀ, ਅਤੇ ਮਾੜੀ ਜਿਹੀ ਨਿਗਾਹ ਟੇਢੀ ਕਰ ਲਈਏ ਜੀ, ਉਹਦੇ ਚਿਹਰੇ ਦੇ ਰੰਗ ਭਾਵ ਉੱਡ ਜਾਂਦੇ ਵੀ ਇਹਨੂੰ ਕੀ ਹੋ ਗਿਆ ਅੱਜ। ਇਸੇ ਤਰ੍ਹਾਂ ਰੁੱਖਾਂ ਉੱਤੇ ਵੀ ਅਸਰ ਪੈਂਦਾ ਜੀ। ਜਦੋਂ ਕੋਈ ਪਿਆਰ ਨਾਲ ਵੇਖਦਾ ਨਾ ਜੀ ਕਿਸੇ ਬੂਟੇ ਵੱਲ, ਉਹਦੇ ਉੱਤੇ ਵੀ ਅਸਰ ਪੈਂਦਾ ਜੀ। ਅਤੇ ਸਤਿਗੁਰੂ ਜੀ ਦੀ ਦ੍ਰਿਸ਼ਟੀ, ਮਹਾਰਾਜ ਜੀ 'ਤੇ ਦ੍ਰਿਸ਼ਟੀ ਹੈ ਹੀ ਅੰਮ੍ਰਿਤ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਹਰਿਆਂ ਭਰਿਆਂ ਕਰਨ ਵਾਲੀ ਦ੍ਰਿਸ਼ਟੀ ਹੈ। ਸੋ ਗੁਰੂ ਜੀ ਬੜੇ ਪਿਆਰ ਨਾਲ ਉਹਨਾਂ ਰੁੱਖਾਂ ਨੂੰ ਵੇਖ ਰਹੇ ਹੈ। ਗੁਰਬਾਣੀ ਵਿੱਚ ਰੁੱਖ ਵੀ ਜੂਨ ਹੈ ਸਾਧ ਸੰਗਤ ਜੀ। ਹਾਂਜੀ, ਜਿਹੜੇ ਰੁੱਖ ਨੇ ਨਾ ਜੀ, ਇਹ ਵੀ ਜੂਨ ਮੰਨੇ ਗਏ ਜੀ। ਅਤੇ ਤੁਸੀਂ ਅੰਦਾਜ਼ਾ ਲਾਓ ਵੀ ਸਤਿਗੁਰੂ ਜੀ ਗਰੀਬ ਨਿਵਾਜ ਜਦੋਂ ਉਹਨਾਂ 'ਤੇ ਦ੍ਰਿਸ਼ਟੀ ਪਾਉਂਦੇ ਹੈ ਤਾਂ ਕਿੰਨਾ ਭਲਾ ਹੋਏਗਾ ਉਹਨਾਂ ਦਾ ਜੀ। ਹਾਂਜੀ, ਕਦਰ ਖਦਰ ਗਨ ਕਦਲੀ ਕਟਰ ਜੰਬੂ, ਸਿਸਮਾ ਕਦਮ ਸੋ ਮਧੂਕ ਕਚ ਨਾਲ ਹੈ। ਅਤੇ ਸਾਧ ਸੰਗਤ ਜੀ ਕਦਰ ਖਦਰ ਗਨ ਕੰਦਲੀ ਕਟਰ ਜੰਬੂ, ਇਹ ਰੁੱਖਾਂ ਦੇ ਨਾਮ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਚਿੱਟੀ ਖੈਰ ਖੈਰ ਕੇਲੇ, ਫਿਰ ਕਟਹਰ, ਫਿਰ ਜਾਮਨੂ ਦੇ ਰੁੱਖ ਜੀ। ਸਿਮਲਾ ਪੜਿਓ
ਸਿੰਸਮਾ ਕਦਮ ਸੋ ਮਧੂਕ ਕਚ ਨਾਲ ਹੈ। ਫਿਰ ਟਾਲੀ ਦੇ ਰੁੱਖ ਨੇ ਜੀ, ਕੰਧਬ ਦੇ ਰੁੱਖ ਨੇ, ਮਹੂਏ ਦੇ, ਹੋਰ ਕਈ ਰੁੱਖ ਜਿਹੜੇ ਆ ਉਹਨਾਂ ਜੰਗਲਾਂ ਵਿੱਚ ਲੱਗੇ ਨੇ ਜੀ। ਇਹ ਐਵੇਂ ਨਹੀਂ ਲਾਏ ਵਾਹਿਗੁਰੂ ਜੀ ਨੇ, ਇਹਨਾਂ ਦੇ ਬੜੇ ਫਾਇਦੇ ਨੇ ਸਾਧ ਸੰਗਤ ਜੀ। ਹਾਂਜੀ, ਉੱਗੇ ਸੋ ਏਕ ਨਾਲ ਉਦਾਲਕ ਰਸਾਲ ਹੈ, ਸਰਲ ਦੀ ਹੀ ਸਾਲ ਹੈ, ਕਨੇਰੇ ਫੂਲ ਮਾਲ ਹੈ। ਫਿਰ ਲਸੂੜੀ ਦੇ ਹੁਣ ਵਾਲਿਆਂ ਨੂੰ, ਸਾਡਿਆਂ ਵੀਰਾਂ ਨੂੰ ਲਸੂੜੀ ਦਾ ਨਹੀਂ ਪਤਾ ਲੱਗਣਾ। ਆਖੋ ਵਾਹਿਗੁਰੂ, ਵਾਹਿਗੁਰੂ। ਲਸੂੜੀ ਦੇ ਰੁੱਖ ਕਿਹੜੇ? ਲਸੂੜੀ, ਅੰਬ, ਚੀੜ, ਲੰਮੇ ਲੰਮੇ ਸਾਲ ਦੇ ਰੁੱਖ ਸਾਧ ਸੰਗਤ ਜੀ, ਜਿਨ੍ਹਾਂ ਦਾ ਸਾਲ ਪੱਤਰ ਹੁੰਦਾ ਜੀ। ਅਤੇ ਹੋਰ ਬ੍ਰਿਛ ਜਿਹੜੇ ਫਲਾਂ ਵਾਲੇ ਵੀ ਹੈ ਅਤੇ ਫੁੱਲਾਂ ਵਾਲੇ ਵੀ ਹੈ। ਮਹਾਰਾਜ ਸਤਿਗੁਰੂ ਜੀ ਘੋੜੇ ਉੱਤੇ ਜਾ ਰਹੇ ਹੈ, ਮਹਾਰਾਜ ਉਹਨਾਂ ਉੱਤੇ ਦ੍ਰਿਸ਼ਟੀ ਪਾ ਰਹੇ ਹਨ। ਹਾਂਜੀ, ਫਲੇ ਫਲ ਫੁੱਲਣ ਸੋ ਝੁਕੇ ਚੁੱਪ ਝੂਲਣ ਸੋ, ਐਨ ਕਹਿੰਦੇ ਜਿਹੜੇ ਰੁੱਖ ਨੇ ਉਹ ਐਨ ਫਲਾਂ ਦੇ ਨਾਲ ਭਰੇ ਪਏ ਸੀਗੇ ਜੀ। ਜਿਹੜੇ ਫੁੱਲਾਂ ਵਾਲੇ ਰੁੱਖ ਹੈ ਉਹ ਫੁੱਲਾਂ ਨਾਲ ਭਰੇ ਆ, ਅਤੇ ਜਿਹੜੇ ਫਲਾਂ ਵਾਲੇ ਆ ਨਾ ਉਹ ਫਲਾਂ ਦੇ ਨਾਲ ਭਰ ਕੇ ਝੁਕੇ ਹੋਏ ਹੇਠਾਂ ਨੂੰ ਜੀ। ਹਾਂਜੀ, ਗਾਡੇ ਤੀਨ ਮੂਲ ਨੋ ਸੋ ਖਰੇ ਇੱਕ ਸਾਰ ਹੈ। ਕਹਿਣ ਲੱਗੀ ਐਂ ਇੱਕ ਮੁੱਢ ਇੱਕ ਸਾਰ ਰੁੱਖ ਖਿਲਾਰੇ ਹੈ ਸਾਰੇ ਪਰਮੇਸ਼ਰ ਨੇ ਜੀ। ਹਾਂਜੀ, ਪਾਤਨ ਨਿਪਾਤ ਹੈ ਅਨੇਕ ਪਾਤ ਜਾਤ ਹੈ, ਦਿਪਤ ਬਹੁ ਭਾਂਤ ਹੈ ਸੋ ਆਰੂ ਤੇ ਅਨਾਰ ਹੈ। ਫਿਰ ਉਹਨਾਂ ਦੇ ਪੱਤੇ ਡਿੱਗੇ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਬਾਜਾਂ ਵਾਲੇ ਸਤਿਗੁਰਾਂ ਦਾ ਘੋੜਾ ਉਹਨਾਂ ਪੱਤਿਆਂ ਦੇ ਵਿੱਚੋਂ ਜਾ ਰਿਹਾ, ਫੁੱਲਾਂ ਵਾਲਿਆਂ ਰੁੱਖਾਂ ਦੇ ਫੁੱਲ ਹੇਠਾਂ ਡਿੱਗੇ ਹੈ, ਐ ਫੁੱਲ ਅੱਗੇ ਖਿਲਰੇ ਪਏ ਹੈ, ਮਾਨੋ ਕਲਗੀ ਧਰ ਜੀ ਨੇ ਲੰਘਣਾ ਅਤੇ ਪਰਮੇਸ਼ਰ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਫਿਰ ਆੜੂ, ਅਨਾਰ, ਹੋਰ ਬੜੇ ਰੁੱਖ ਨੇ ਜੀ। ਹਾਂਜੀ, ਬਾਤ ਪੋਤ ਤਿੰਦਕ ਸਪਤ ਦਲ ਸਿੰਧਕ ਹੈ, ਇੰਗੂ ਦੀ ਉਦਾਲਕ ਤਿਲਕ ਦੇਵਦਾਰ ਹੈ। ਛਿਛਰੇ, ਪਲਾਸ, ਤੇਂਦੂ, ਛੱਤਵਾਨ, ਫਿਰ ਸੰਭਾਲੂ, ਹਿੰਗੋਟ, ਲਸੂੜਾ, ਸ਼੍ਰੀਮਤ, ਦਿਆਰ, ਇਹ ਸਾਰੇ ਰੁੱਖ ਜਿਹੜੇ ਹੈ ਉਸ ਇਲਾਕੇ ਵਿੱਚ ਲੱਗੇ ਹਨ। ਵਧੇ ਸਮੂਡਾਰ ਹੈ, ਅਧਿਕ ਵਿਸਤਾਰ ਹੈ, ਬਾਹੇ ਸੋ ਬਾਰ ਬਾਰ ਹੈ, ਵਿਸਾਲ ਗੁਲਜ਼ਾਰ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਾ ਰਹੇ ਅਤੇ ਰੁੱਖਾਂ ਦੀ ਬੜੀ ਠੰਡੀ ਠੰਡੀ ਹਵਾ ਆ ਰਹੀ। ਆਖੋ ਵਾਹਿਗੁਰੂ, ਬੜੀ ਠੰਡੀ ਹਵਾ ਆ ਰਹੀ ਜੀ। ਮਹਾਰਾਜ ਬੜੇ ਪ੍ਰਸੰਨ ਹੋ ਰਹੇ ਨੇ। ਹਾਂਜੀ, ਸਵਈਆ ਕੋਰਨ ਕੇ ਮੁਖ ਚੈ ਮੁਖ ਲੈ, ਬਿਕਸੇ ਰੰਗ ਫੁੱਲ ਨੀ ਕੋਰਨ ਕੇ। ਸਤਿਗੁਰੂ ਜੀ ਬਾਗਾਂ ਵਿੱਚ ਜਾ ਰਹੇ ਨਾ ਜੀ, ਬਾਗ ਆ ਜਾਂਦੇ, ਕਿਤੇ ਜੰਗਲ ਆ ਜਾਂਦੇ ਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਕੋਇਲਾਂ ਬੋਲਦੀਆਂ ਨੇ। ਹਾਂਜੀ, ਕੋਇਲਾਂ ਕੀ ਕਹਿੰਦੀਆਂ ਨੇ? ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਆਪਣੀ ਬੋਲੀ 'ਚ ਬੋਲਦੀਆਂ ਜੀ, ਮਹਾਰਾਜ ਦਾ ਸਵਾਗਤ ਕਰਦੀਆਂ ਸੱਚੇ ਪਾਤਸ਼ਾਹ ਜੀ ਦੀਆਂ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਾਂਜੀ, ਕੋਰਨ ਕੇ ਤਰ ਤਾ ਤਰ ਰਾਜਤ, ਬਾਜਤ ਪਾਤ ਪਤੋਰਨ ਕੇ। ਅਤੇ ਕਹਿੰਦੇ ਉਹਨਾਂ ਦੀ ਆਵਾਜ਼ ਆਉਂਦੀ, ਜਦੋਂ ਹਵਾ ਚੱਲਦੀ ਨਾ ਪੱਤਿਆਂ ਦੀ ਆਵਾਜ਼ ਆਉਂਦੀ ਹੈ, ਅਤੇ ਫੁੱਲਾਂ ਦੀ ਇੱਕ ਦੂਜੇ ਨਾਲ ਖਹਿਣ ਦੀ ਆਵਾਜ਼ ਆਉਂਦੀ ਤੇਜ਼ ਤੇਜ਼। ਕਹਿੰਦੇ ਇਹ ਸਾਰੇ ਅਸਲ ਵਿੱਚ ਖੁਸ਼ ਹੋ ਰਹੇ ਆ। ਆਖੋ ਵਾਹਿਗੁਰੂ, ਵਾਹਿਗੁਰੂ। ਖੁਸ਼ ਹੋ ਰਹੇ ਆ ਵੀ ਸਤਿਗੁਰੂ ਗਰੀਬ ਨਵਾਜ ਮਹਾਰਾਜ ਇਸ ਇਲਾਕੇ ਵਿੱਚ ਆਏ ਨੇ। ਇਹ ਸਾਰਾ ਪਾਉਂਟਾ ਸਾਹਿਬ ਦਾ ਇਲਾਕਾ ਜੀ, ਅੱਜ ਵੀ ਉਹ ਇਲਾਕਾ ਬੜਾ ਸੋਹਣਾ ਸਾਧ ਸੰਗਤ ਜੀ, ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਕਥਾ ਸੁਣਦਿਆਂ ਹੀ ਸੁਰਤ ਉੱਥੇ ਪਹੁੰਚ ਜਾਂਦੀ ਜੀ। ਫਿਰ ਉੱਥੇ ਕੋਇਲਾਂ, ਪੰਛੀ, ਕਬੂਤਰ, ਤੋਤੇ, ਸਾਰੇ ਪੰਛੀ ਜਿਹੜੇ ਆ ਉਹ ਵੀ ਖੁਸ਼ ਹੋ ਗਏ ਜੀ। ਅਸਲ ਵਿੱਚ ਸੰਗਤ ਜੀ ਜਦੋਂ ਮਹਾਰਾਜ ਦੇ ਚਰਨ ਪੈ ਗਏ ਨਾ ਜੀ, ਉੱਧਰ ਚਰਨ ਪੈ ਗਏ, ਉਹ ਬਸ ਚਰਨਾਂ ਦੀ ਬਰਕਤ ਨਾਲ ਖੁਸ਼ੀਆਂ ਆਉਣ ਲੱਗ ਪਈਆਂ ਜੀ। ਹਾਂਜੀ, ਕਬਿਤ ਲੈ ਕੇ ਸੰਗ ਨਾਹਣੇਸ਼ ਗੁਰੂ ਜਗਤੇਸ਼ ਹੂੰ ਕੋ,
खेल बे अखेर के बहाने बन गाही। नान दा राजा सच्चे पातशाह जी नू नाल लै के शिकार खेडण दे बहाने सारा इलाका विखा रहा जी। दस रहा महाराज इस जंगल च शेर भी रहिंदे है, महाराज इधर हाथी भी रहिंदे है, सतगुरु इधर चीते भी रहिंदे है, महाराज बारह सिंगे भी रहिंदे है, बड़े बड़े खतरनाक जानवर महाराज इधर रहिंदे है। हाँ जी। फिरै दूर दूर ला हजूर सो बखाने बाक, हेरो प्रभ पूरन जहां को चित चाह। नाल ओ सतगुरु जी दे तुरिया फिरदा ते सतगुरु जी नू बेनती करदा, कहिंदा महाराज जेड़ी थां आप जी नू चंगी लगदी उथे आसन लाउणा महाराज तुसां। हाँ जी। होए सब रीत सुख कोई दुख रीत ना, होए सब रीत सुख कोई रुत मैं ना दुख। हर रुत विच ही इत्थे बड़ा आनंद है, सर्दियां विच भी बड़ा आनंद है महाराज, गर्मियां विच भी बड़ा आनंद है। इस इलाके विच मौसम दे परथाए सतगुरु कोई फिक्र नहीं हैगी। हाँ जी। दीजे फुरमाए मुख इहां निरबाही, आप जी दसना भी इत्थे आसन लाउणा, सतगुरु उत्थे प्रबंध करांगा मैं सारे। तहां काल डेरा करो आनंद बसेरा नित, नगर बटेरा बने आप जो उमाही। नगर बडेरा बने सच्चे पातशाह गरीब नवाज, जिथे खुशी होवे आनंद होवे मैनू थां दसनी है, उथे तुहाडा पिंड ही बस जाना। आखो वाहेगुरु। फिर कहिंदा पिंड नहीं महाराज, बड़ा वड्डा नगर बस जाना जी। चलो उहनूं पता सी ना, सतगुरु जी की कमाई का पता सी भी जिथे चरण रखने उत्थे वड्डे वड्डे नगर वसे ने जी। गुरु नानक साहब जी ने वसाए दसवें पातशाह तक वड्डे वड्डे नगर वसाए सतगुरां ने। कहिंदा महाराज आप जी ने हुक्म करना सतगुरु जी उत्थे ही वड्डा नगर बन जाना। हाँ जी। ऊंच नीच थान फिरे गुरु भगवान बहो, गरीब नवाज कते उच्ची थान ते पहाड़ां उत्ते किते पदरी थान उत्ते बड़ियां थावां उत्ते घोड़े दे उत्ते सज के फिरे जी महाराज। मन में बिलंद ही पसंद को ना आवई, पर बहुती पसंद ना आवे थान जी। आखो वाहेगुरु। भी कई वारी पता की हुंदा साध संगत जी, थावां दा भी प्रताप हुंदा जी, पैर रखदिआं ही साध संगत जी तुहानूं जे ते जमीन भागां वाली है ना, पैर रखदिआं मन नूं शांति मिलेगी जी। ते कई थावां बणियां बड़ियां सोहणियां होणगियां, पर पैर रखो तुहाडे मन नूं शांति नहीं मिलेगी जी। ये मैं आम बंदिआं दी गल करदा, ते संगत जी गुरु जी ते बड़े वड्डे ने, महाराज ते बड़े वड्डे आ। महाराज कहण लगे जगह ते ठीक है पर पसंद नहीं अजे आई। हाँ जी। बिचरत गए राम जमुना प्रवाह जहां, हेर हर खाने नीर अधिक सुहावई। फिर विचरदियां विचरदियां चलदियां चलदियां सच्चे पातशाह गरीब नवाज उस जगह आए जिथे कुछ थां पदरी है, लागे पहाड़ ने, ते साध संगत जी जमुना वग रही है जी। आखो वाहेगुरु। ऐन जमुना नदी का बड़ा सोहना प्रवाह चल रहा जी। हाँ जी। दीर्घ जो दून ताकि दुत कहो चौन करे, लोकन ते सून बन जहां दृष्टावई। लागे दून भी है जी, जंगल भी है, पहाड़ भी होन जंगल भी होन दरिया भी होवे ते पदरी थां भी होवे, ये सारियां गल्लां नहीं लभदियां। ते एकांत है जी उस जगह उत्ते, बड़ी एकांत है। हाँ जी। सब जी के हार है क सब जी बहार है, सो मंजुस बिहार है आनंद उपजावई। भाई संतोख सिंह जी कहिंदे फिर चलदियां चलदियां ओह थां आई जिस जगह नूं वेख के सारियां दे मन चोरी हो सकदे है जी, भाव ओह थां सारियां दे मन नूं चुरा लैंदी, भाव बड़ी सोहणी जगह आ गई जी। कहिंदे सब जी के हार हैं के सब जी बहार हैं, क्यों उत्थे हरियावलता बड़ी है। सो मंजुस बिहार हैं आनंद उपजावई, उस जगह दे उत्ते जदों सतगुरु जी ने चरण पाया महाराज जी नूं आनंद ही बड़ा प्राप्त होया जी। हाँ जी।
सुता सुपतास की नस्या पाप रास की दवैया मोख दास की लख है जो नेम जमुना ते सामने जमुना दरिया वड्डा वग रहा जी आखो वाहिगुरु वाहिगुरु जमुना दरिया वग रहा हिंदू मत विच ते जमुना की सिफती बड़ी की जी ते नान दा राजा मेदनी प्रकाश हिंदू मत नू मनदा जी कहिंदा सच्चे पातशाह महाराज जमुना नू सूरज दी धी कहिंदे ऐ ते महाराज दसदे भी ऐ इहदे विच शनान कीतियां पाप दूर हुंदे ऐ ते किड्डी जमुना महाराज इत्थे वग रही है। हाँ जी एक बार बार छुए पावनता पावन कै पान ते शनान ते दुखन जिम जमुना ते गरीब नवाज सच्चे पातशाह लोग दसदे भी इस जमुना च शनान कीतियां बंदा पावन हो जांदा ओ दसदे जी गुरबाणी विच पावन किवें हुंदा जी वाहेगुरु नाम जप के जी कहिंदे महाराज जमुना दी बड़ी सिफत है बड़ी सिफत है सच्चे पातशाह। हाँ जी केती दूर तीर तीर फिरे बार बीर तीर हेरत गंभीर नीर सीर शुभ चाल ते सतगुरु जी फिर ओ जमुना दे कंडे दे ना जी घोड़ा आप अपना तोर दे है जी दूर दूर तक महाराज सच्चे पातशाह गए ते सतगुरु जी सारा इलाका चंगी तरह वेख दे जी। हाँ जी कहू बेग जोर ते मरोर ते सो भौरी पर कहू फेन फोल ते कहू कुसो उठाल ते महाराज जमुना दे लागे बैठ गए ते जमुना नू वेखण लग पए जी ते साध संगत जी किते ते पानी बड़ी जोर दी जान दिया किते पानी गोल गोल घूम रहा झग पैदा हो रही ते अजे महाराज दे मुख ते दाड़ा नहीं सी आया महाराज वेख रहे जमुना नू ते सतगुरु जी जमुना नू वेख के ना मुस्कुराउण लग पए जी असल विच मानो जमुना भी महाराज नू बेनती कर रही होए सच्चे पातशाह हुण इत्थे ही आसन ला लिओ महाराज हुण इत्थे ही सज दिओ कृपा कर दिओ महाराज इस धरती नू पवित्र कर दिओ दरिया भी बोलदे आ जी। हाँ जी कतहु उतंग श्याम रंग के तरंग ब्रिंद कतहु मतंग अंग संगन उशालते भाई संतोख सिंह जी कहिंदे भी सच्चे पातशाह जमुना दे कंडे जदों बैठे ना ते ओदियां लहरां ऐ उच्चियां उच्चियां हो के किते किते उठ रहियां जी मानो अज जमुना बहुत खुश हो गई होवे भी मैनू तारण वाले भी अज इस धरती ते आए ने मैनू तारण वाले आ गए है जमुना ऐ खुश हो के उच्चियां उच्चियां लहरां उठदियां ते महाराज सच्चे पातशाह कहन लगे भी हाथियां नू भेजो जमुना विच हाथी विच जाके ते फिर ना बड़े आनंद नाल शनान करदे जी। हाँ जी पाथर पखाल ते कहूं तट डाल ते निकेत जल हाल ते चखाद जंत जाल ते गरीब नवाज महाराज बैठे ते जमुना गां तक आवे पत्थरां नू धोवे मानो कह रही होए भी सतगुरु अपने चरण अगे करो मैं तुहाडे चरण धोने ने जमुना साध संगत जी पत्थर धोंदे ही ओहदा जल पत्थर धोंदा किनारियां नू ढारिया ऐन मछलियां जल दे जंतु होर ओहदे विच तुरे फिरदे जी एक बन्ने पहाड़ है एक बन्ने जंगल है सामने दरिया है ते पदरा इलाका जी कुछ कुछ जी। हाँ जी बेचरे बेलोकत सुथल हेर रोकत के भेती जे हैं लोक हाथ जोर सो बतावते ते जेड़े उस इलाके दे लोक सीगे लागे लागे दूर दे साध संगत जी वह फिर सतगुरु जी दे कोल आए वह भी महाराज नू नमस्कार कर दे महाराज वो इलाका वेख रहे फिर सतगुरु घोड़े तो उतरे जी चरण पाए सच्चे पातशाह जी ने जी। हाँ जी सुंदर सिलान कूल जाने ओ अनुकूल आछे खड़े दिरड़ मूल जहां बिपट सुहावते गरीब नवाज महाराज जी ने सारा कुछ विचारिया जी उस दे कंडे खलो गए ते सतगुरु जी नू बड़ा ही आनंद आया जी बड़ा ही आनंद आया जी। हाँ जी गुरु के पसंद आयो आनंद बिलंद पायो भाखत नरेंद्र संग ए मन भावते आखो वाहे गुरु
हुण अगली गल बड़े ध्यान नाल सुणनी जी। जिथे को महाराज खलोते सी ना जी, उत्थों थोड़ी दूर अगे जा के फतेह शाह की हद शुरू हुंदी सीगी जी। मेदनी प्रकाश अपने मन विच सोचदा सीगा भी हुण जे महाराज अगे जाणगे ते अगे तो मेरा इलाका ही नहीं हैगा, मेरा तो इलाका ही इत्थों तक हैगा, तो ना मैं कुछ कह सकदा, तो महाराज हुण अगे ना वधणा, ये जगह पसंद आ जे। उत्तों जमना भी बेनतियां कर रही सी महाराज सच्चे पातशाह जी नूं। अंतरजामी गुरु जी ने मेदनी प्रकाश दे अंदर दी भी गल सुनी दी, ते सतगुरु गरीब नवाज ने फिर मेदनी प्रकाश नूं कहा, मेदनी प्रकाश सानू ये जगह बहुत पसंद आ गई, कहण लगे बड़ा आनंद है इस जगह दे उत्ते, कहण लगे हाँ जी। भिखै सो पूर आवते समुख शब पावते, हृदय को हर खावते सो बेग जल जावते। महाराज कहन लगे सामने पहाड़ां दा भी नज़ारा भरिया, दरिया लंघ रहा, महाराज कहन लगे बड़ा अद्भुत नज़ारा है। हाँ जी। मेदनी प्रकाश को सुनाए निज बास को, सो होए जल पास को तो रंग कोटे काए कै। मेदनी प्रकाश सच्चे पातशाह महाराज जी दे बचन सुन रहा, ते सुना के महाराज कहिंदे हुण अहीं आसन अपने इत्थे ला लैणे, इत्थे आसन ला लवांगे। हाँ जी। हेर तल मूल को सो जमना के कूल को, निवेश हेत उत्तरे आनंद को बढ़ाए कै। गरीब नवाज घोड़े तो उतर के लागे रुख वहिंदे है, सात संगत जी जमुना का कंडा वेखते है, तो हुण जिन्हां ने तुहां दर्शन किए जदों पौंटा साहब तो हेठां उतरीए ना जी पौड़ियां जी, तो दरिया नूं वेखीए तो उत्थे बह जाईए कंडे, तो फिर उठण नूं नहीं जी करदा जी, इन्ना आनंद बनता जी, इन्ना आनंद बनता जी उत्थे जी। हाँ जी। तात्काल डाल कर फर्श उताल कर, गादी रंग लाल की सो दसन डसाए कै। भाई संतोख सिंह जी ने यह भी दसिया, महाराज सच्चे पातशाह सतगुरु जी ने कहा उस वेले आसन लाए तो चादर लाल रंग की बिछाई जी, किन्ना डूंगा भाई संतोख सिंह जी लिखते, कहिंदे ऐन लाल रंग का आसन लाया सच्चे पातशाह जी वास्ते। बैठ श्री गोबिंद सिंह बोलत नरेंद्र संग, सुंदर बेलंद है पसंद मन पाए कै। सतगुरु जी कहन लगे मेदनी प्रकाश ये जगह सानू बड़ी पसंद आ गई, कहन लगे जमुना दे कंडे महाराज बैठ गए जी, ते आसन लग गया, मेदनी प्रकाश लग गए बैठ गया, नाले ते जमुना नूं दृष्टि नाल निहाल कर रहे हैं, ते नाले बचन कर रहे ने जी। हाँ जी। जमुना प्रवाह एक दूसरे उतंग तट, एक पासे ते सतगुरु कहिंदे सामने जमुना वग रही है, दूजा उच्चा किनारा महाराज कहण लगे। तीसरे तरुण ठट सैलन की सैल है, तीजा ब्रिछां दा किन्ना ठाठ है, किड्डे सोहणे सोहणे रुख है, किन्ने सोहने पहाड़ हन। सबजी सुहाए बिन पंक है सो थाए शुभ, हरियावलता भी है ते चिकड़ भी नहीं हैगा, सतगुरु कहन लगे। हाँ जी। दून विस्तार सुत उदार चले गैल है, ते महाराज कहन लगे नाले दून है, लागे जंगल है, बड़ा आनंद है, आखो वाहेगुरु वाहेगुरु। हर गल का गुरु जी ध्यान रख रहे जी, बंदा भी अपना जदों घर लैंदा ते हर गल नूं सोचदा विचारदा, सतगुरु जी ने बंदे ने तो घर लैना, तो महाराज ने तो नगर वसाउणा जी, तो ओडी वड्डी फिर तैयारी चाहीदी ना जी। हाँ जी। मेदनी प्रकाश सुन हाथ जोर बाक पान, मन की पछानो तुम देखो थल सैल है। ते मेदनी प्रकाश फिर रह ना सकिया, हाथ जोड़ के मेदनी प्रकाश सतगुरु जी नूं कहण लगा, महाराज असल च तुसी मेरे मन की बेनती नूं सुन लिया जी। वो मनो मन पता की कह रहा सी भी, महाराज जे अगे गए तो अगे तो फतेह शाह का इलाका शुरू हो जाना, तो फतेह शाह के इलाके जे महाराज ने थां पसंद कर ली तो औखी गल हो जाएगी,
इहां लग हद हम करी रे पसंग बद केती बार जिदें कर संग भयो ऐल है। ते हुण उहने महाराज बैठे उत्थे ते हुण अपने मन दी गल दसदा जी। आखो वाहेगुरू वाहेगुरू। अपने मन दी गल दसदा कहिंदा सतगुरु महाराज तुसीं जाणी जाणो मैं पत्या पत्या के वेख रहा जिहड़ी मेरे मन दी गल हुंदी है सतगुरु जी उह तुसीं मुखों कर दिंदे हो। हुण महाराज बेनती है इत्थों तक मेरी हद है ते सच्चे पातशाह अगे जिहड़ी हद अगला इलाका ना वह मेरे वैरी का इलाका महाराज मेरे वैरी का इलाका ते महाराज मेरा ते उहदा जंग होण वाला आपस विच रौला पिया किसे वेले भी जंग हो सकदा। फतेह शाह महीपाल हम ते विशाल देश धारत गरूर सुर लैके समूहात है। महाराज मुस्कुरा पए इसे काम लई ते सद्या ही मेहतरी प्रकाश ने भी महाराज आउणगे ते फतेह शाह डर जाएगा। महाराज मुस्कुरा पए कहिंदा सच्चे पातशाह फतेह शाह जिहड़ा राजा ना वह मेरे तो वड्डा राजा है ओरे को वड्डा राज है ते महाराज हंकारी बड़ा है हर समय मुकाबले दी तैयार रहिंदा है। हाँ जी। देत है बिखाद को ना राखे मरजाद को विरोध परयो आद को ना होत कब शांत है। ते सतगुरु फतेह शाह ते कदी शांत हुंदा ही नहीं हर समय जंग लई महाराज तैयार रहिंदा ते मर्यादा बिगाड़दा रहिंदा जी विरोध करदा साडा सच्चे पातशाह। हाँ जी। या ते मैं अधारे और आए आप बली गुर फिर पढ़ दो या ते मैं आराधे और आए आप बली गुर इसे करके ते मैं तुहानू सद्या वा याद कीता। आखो वाहेगुरु वाहेगुरु। वेख लो उदों की लिखिया सी चिट्ठी च भी महाराज चरण पाओ बस चरण ही पवाउणे आ हुण कहण लगा महाराज मैं ते सद्या ही तां भी फतेह शाह नाल मेरी जंग होण वाली है ते मेरी मदद हो जाएगी फतेह शाह डर जाएगा महाराज इस करके मैं सद्या। हाँ जी। कामना जो जान मन पूरी सब भांत है आप जी नूं पता ही है सच्चे पातशाह तुसीं मेरे मन की कामना जान के मेरी इच्छा पूरी कीती है चरण पाए ने महाराज। हद पै निवेश कीन भयो सब त्रास ही ये ते सब तो वधिया कि आ जेड़ी जगह आप जी ने पसंद कीती है ना महाराज वो मेरे राज दी हद है ते जे हद दे उत्ते तुसी आके बैठ जाओ ते किसे दी जरूरत ही नहीं पैनी हमला करन दी। ਹਾਂਜੀ। ਮੋਕੋ ਦਾਸ ਚੀਨ ਪਾਸ ਲੀਨ ਬਾਸ ਖਿਆਤ ਹੈ ਤੇ ਗਰੀਬ ਨਵਾਜ ਤੁਸੀਂ ਉਹ ਬਲਵਾਨ ਮੈਨੂੰ ਆਪਣਾ ਦਾਸ ਜਾਣ ਕੇ ਸੇਵਕ ਜਾਣ ਕੇ ਤੁਸਾਂ ਚਰਨ ਪਾਏ ਆ ਨਿਹਾਲ ਕੀਤਾ ਜੇ ਹੱਦ ਉੱਤੇ ਆ ਕੇ ਰਵੋ ਤਾਂ ਮੇਰਾ ਖਤਰਾ ਹੀ ਮੁੱਕ ਜਾਂਦਾ। ਹਾਂਜੀ। ਸੁਣ ਕੇ ਨਰਿੰਦ ਪੀਰ ਸ਼੍ਰੀ ਗੋਬਿੰਦ ਸਿੰਘ ਵੀਰ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਬਸ ਦੋ ਤਿੰਨ ਬਚਨ ਨੇ ਧਿਆਨ ਨਾਲ ਸੁਣਿਆ ਕਹਿੰਦੇ ਸੁਣ ਕੇ ਨਰਿੰਦ ਪੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਵੀਰ ਮਹਾਰਾਜ ਨੇ ਰਾਜੇ ਦਾ ਦਰਦ ਜਦੋਂ ਸੁਣਿਆ ਨਾ ਦੁੱਖ ਸੁਣਿਆ ਅਤੇ ਯੋਧੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਈ ਕਹਿ ਧੀਰ ਜੋ ਲੋ ਹਮ ਥਿਰੇ ਥਾਨ ਮੈਂ ਗਰੀਬ ਨਵਾਜ ਧੀਰਜ ਦੇਣ ਦਏ ਹੈ ਕਹਿੰਦੇ ਰਾਜੇ ਫਿਕਰ ਨਾ ਕਰੀ ਹੁਣ ਅਸੀਂ ਇਸ ਜਗ੍ਹਾ ਉੱਤੇ ਆ ਕੇ ਬੈਠ ਗਏ ਹਾਂ ਕਹਿਣ ਲੱਗੇ ਫਿਕਰ ਨਾ ਕਰੀ ਧੀਰਜ ਦਿੱਤਾ ਕਿ ਮਹਾਰਾਜ ਨੇ ਉਹਨੂੰ। ਹਾਂਜੀ। ਕੌਣ ਸੀਸ ਧਾਰੇ ਦੋਏ ਆਨ ਕੈ ਸਮੁੱਖ ਹੋਏ ਤੀਰਨ ਪਰੋਏ ਰਿਪ ਕਰੋ ਕਸਮਾਨ ਮੈਂ ਮਹਾਰਾਜ ਕਹਿਣ ਲੱਗੇ ਮੇਦਨੀ ਪ੍ਰਕਾਸ਼ ਇੱਧਰ ਤੇਰਾ ਰਾਜ ਹੈ ਇੱਧਰ ਫਤਿਹ ਸ਼ਾਹ ਦਾ ਰਾਜ ਹੈ ਅਤੇ ਉਹ ਜੇ ਹਮਲਾ ਕਰਨ ਦੇ ਇਰਾਦੇ ਨਾਲ ਆਵੇਗਾ ਤਾਂ ਫਿਰ ਦੋ ਸਿਰ ਲੈ ਕੇ ਆਵੇ ਆਪਣੇ ਕਹਿਣ ਲੱਗੇ ਕਿਉਂ ਇੱਕ ਤਾਂ ਅਸੀਂ ਲਾਹ ਦੇਣਾ ਉਹਦਾ। ਆਖੋ ਵਾਹਿਗੁਰੂ ਵਾਹਿਗੁਰੂ। ਕਿਹਦੇ 'ਚ ਇੰਨੀ ਜ਼ਰੂਰਤ ਹੈ ਕਹਿਣ ਲੱਗੇ ਕਿਹੜਾ ਦੋ ਸਿਰਾਂ ਵਾਲਾ
ਜਿਹੜਾ ਇੱਧਰੋਂ ਲੰਘ ਜੇ ਇੱਕ ਸਿਰ 'ਤੇ ਲਾਹ ਦੇਣਾ ਅਸੀਂ ਕਹਿਣ ਲੱਗੇ ਉਹਦਾ। ਹਾਂਜੀ, ਬਾਪੂ ਰੇ ਅਪਰ ਇਨ ਗਿਣਤੀ ਬਖਾਨੇ ਕਹਾਂ, ਇਹਨਾਂ ਵਿਚਾਰਿਆਂ ਦੀ ਗਿਣਤੀ ਸਾਡੇ ਅੱਗੇ ਕੀ ਹੈਗੀ ਮਹਾਰਾਜ ਕਹਿਣ ਲੱਗੇ। ਲੜੈ ਜੋ ਨਰੰਗ ਸਾਰੇ ਰੰਗ ਦੇ ਊਹਾਨ ਮੈਂ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇ ਛੱਡੋ ਨਰੰਗਾ ਵੀ ਆ ਕੇ ਲੜੇ ਤੇ ਸਿਰ ਲਾ ਕੇ ਘੱਲਾਂਗੇ ਉਹਦਾ ਕਹਿਣ ਲੱਗੇ ਔਰੰਗਜ਼ੇਬ। ਹਾਂਜੀ, ਅਭੈ ਦਾਨ ਦੀਨ ਰਹੋ ਸੁਖ ਮੈਂ ਅਸੀਨ, ਅਬ ਤੈਨੂੰ ਅਭੈ ਦਾਨ ਦਿੱਤਾ, ਡਰੀ ਨਾ ਆਪਣੇ ਮਹਿਲਾਂ ਵਿੱਚ ਜਾ ਕੇ ਸੁੱਖ ਨਾ ਰਹਿ ਹੁਣ ਕਹਿਣ ਲੱਗੇ। ਚਿੰਤ ਤੇ ਬਹੀਨ ਕਾਨ ਆਨ ਕੀ ਨਾ ਮਾਨ ਮੈਂ, ਕਿਸੇ ਦੀ ਆਕੜ ਨਾ ਮੰਨੀ, ਕਿਸੇ ਦਾ ਡਰ ਨਾ ਮੰਨੀ। ਹਾਂਜੀ, ਸਵਈਆ ਬਾਕ ਬਿਲਾਸ ਪ੍ਰਭੂ ਏਮ ਕੀਨ ਨਰਿੰਦ ਬਰਿੰਦ ਆਨੰਦ ਕੀਓ। ਤੇ ਸਾਧ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਉਹਨੂੰ ਵੀ ਦੋ ਸਿਰਾਂ ਵਾਲਾ ਲੰਘੇਗਾ ਇੱਧਰ, ਹੁਣ ਰਾਜਾ ਸੁਣ ਕੇ ਖੁਸ਼ ਹੋ ਗਿਆ ਜੀ। ਉਹ ਕਹਿਣ ਲੱਗਾ ਇਹ ਤਾਂ ਬਹੁਤ ਵਧੀਆ ਹੋ ਗਿਆ, ਪਰ ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਵੀ ਫਤਿਹ ਸ਼ਾਹ ਵੀ ਗੁਰੂ ਜੀ ਨਾਲ ਵਿਗੜੇਗਾ ਅਤੇ ਫਤਿਹ ਸ਼ਾਹ ਦਾ ਕੁੜਮ ਹੈਗਾ ਭੀਮ ਚੰਦ, ਉਹ ਤਾਂ ਅੱਗੇ ਹੀ ਮਹਾਰਾਜ ਨਾਲ ਵਿਗੜਿਆ ਜੀ, ਪਰ ਉਹਨੇ ਆਪਣਾ ਮਤਲਬ ਕਢਾਇਆ ਜੀ। ਹੁਣ ਦੋਵੇਂ ਕੁੜਮ ਇਕੱਠੇ ਹੋਣਗੇ ਅਤੇ ਭਲਾ ਥੋੜ੍ਹੀ ਗੁਜ਼ਾਰਨਗੇ ਸਾਧ ਸੰਗਤ ਜੀ। ਹਾਂਜੀ, ਪੀਰ ਬਹੀਰ ਕੀ ਮਾਰਗ ਤੇ ਸਮੁਦਾਇ ਸਮਾਜ ਪਹੁੰਚ ਗਏ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਗਏ, ਉਹ ਲਾਂਘਾ ਵੀ ਸੀਗਾ ਸਾਧ ਸੰਗਤ ਜੀ, ਥੋੜ੍ਹਾ ਜਿਹਾ ਕੋਈ ਕੋਈ ਲੰਘਦਾ ਸੀਗਾ ਉੱਧਰੋਂ। ਸਤਿਗੁਰੂ ਜੀ ਰਸਤੇ ਵਿੱਚ ਬੈਠ ਗਏ ਜੀ, ਸਾਜੋ ਸਮਾਨ ਉੱਥੇ ਸਾਰਾ ਪਹੁੰਚ ਗਿਆ। ਕੀਨ ਨਵੇਸ਼ ਅਸ਼ੇਸ਼ ਹੀ ਸੈਨ ਤੁਰੰਗ ਕੋ ਬ੍ਰਿੰਦ ਲਗਾਏ ਦਇਓ। ਫੌਜਾਂ ਵੀ ਸਾਰੀਆਂ ਆ ਗਈਆਂ, ਘੋੜੇ ਵੀ ਸਾਰੇ ਉੱਥੇ ਪਹੁੰਚ ਗਏ। ਆਪਣੇ ਆਪ ਥਾਨ ਸਭੀ ਅਵਲੋਕ ਕੁਸ਼ਾਦ ਕੋ ਰੋਕ ਲਇਓ। ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਇੱਥੇ ਆਸਣ ਲਾ ਲਿਆ ਮਹਾਰਾਜ ਨੇ। ਤੇ ਸਾਧ ਸੰਗਤ ਜੀ ਹੁਣ ਉੱਥੇ ਸਾਧ ਸੰਗਤ ਨਗਰ ਵਸਾਉਣਾ ਮਹਾਰਾਜ ਸੱਚੇ ਪਾਤਸ਼ਾਹ ਨੇ, ਕੱਲ੍ਹ ਨੂੰ ਮਹਾਰਾਜ ਲਾਉਣਗੇ ਟੱਪ ਅਤੇ ਲਾਉਣਗੇ ਟੱਪ ਅਤੇ ਕਰਨਗੇ ਨਿਹਾਲ ਅਤੇ ਨਗਰ ਵਸਾਉਣਗੇ ਪਾਉਂਟਾ, ਜਿਹਨੂੰ ਆਪਾਂ ਪਾਉਂਟਾ ਸਾਹਿਬ ਕਹਿੰਦੇ ਜੀ। ਬੜੇ ਆਨੰਦ ਵਾਲਾ ਅਸਥਾਨ ਹੈ, ਬਹੁਤ ਰਮਣੀਕ ਅਸਥਾਨ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਪਸੰਦ ਕਰ ਲਈ ਹੈ, ਆਸਣ ਵੀ ਲਾ ਲਿਆ ਅਤੇ ਮਹਾਰਾਜ ਅਰਦਾਸ ਬੇਨਤੀ ਕਰਕੇ ਕੱਲ੍ਹ ਨੂੰ ਉਹਦੀ ਹੁਣ ਆਰੰਭਤਾ ਕਰਨਗੇ। ਬਹੁਤ ਸੋਹਣਾ ਨਗਰ ਸਤਿਗੁਰੂ ਜੀ ਨੇ ਵਸਾਉਣਾ ਅਤੇ ਉਹ ਕਥਾ ਕੱਲ੍ਹ ਨੂੰ ਸੁਣਾਂਗੇ। ਅੱਜ ਕੱਤਕ ਦੀ ਸੰਗਰਾਂਦ ਹੈ, ਆਖੋ ਸ੍ਰੀ ਵਾਹਿਗੁਰੂ, ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਵਾਹਿਗੁਰੂ। ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚਰ। ਮਹਾਰਾਜ ਅਰਦਾਸ ਕਰਨ ਦੀ ਜਾਚ ਦੱਸਦੇ ਸਾਨੂੰ ਜੀ, ਜਦੋਂ ਕਥਾਵਾਚਕ ਸਿੰਘ ਅਰਥ ਕਰਦੇ ਆ ਇਸ ਪੰਗਤੀ ਦੇ, ਨਾਨਕ ਕਉ ਪ੍ਰਭ ਰਾਖ ਲੇਹੇ, ਉਹ ਕਹਿੰਦੇ ਵੀ ਮਹਾਰਾਜ ਕਹਿੰਦੇ ਆ ਵੀ ਮੈਨੂੰ ਮਹਾਰਾਜ ਰੱਖ ਲਓ, ਪਰਮੇਸ਼ਰ ਜੀ ਮੈਨੂੰ ਰੱਖ ਲਓ। ਮਹਾਰਾਜ ਅਤੇ ਸਾਧ ਸੰਗਤ ਜੀ ਅੱਗੇ ਹੀ ਪਰਮੇਸ਼ਰ ਦਾ ਰੂਪ ਨੇ, ਉਹ ਤਾਂ ਅੱਗੇ ਵਾਹਿਗੁਰੂ ਦਾ ਰੂਪ ਨੇ। ਅਸਲ ਵਿੱਚ ਸਤਿਗੁਰੂ ਜੀ ਸਾਨੂੰ ਕਹਿ ਰਹੇ, ਸਿੱਖੋ ਇੰਜ ਅਰਦਾਸ ਕਰਿਆ ਕਰੋ, ਹੇ ਮਹਾਰਾਜ ਸਾਨੂੰ ਰੱਖ ਲਓ, ਕਿਉਂ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਹੁੰਦਾ ਜਿਹੜਾ ਬੰਧਨ ਤੋਂ ਛਡਾਵੇ ਜੀ, ਕਰਮਾਂ ਦਾ ਬੰਧਨ ਹੈ ਸਾਨੂੰ, ਬੰਧਨ ਇੰਨੇ ਜ਼ਿਆਦਾ ਪਏ ਹੁੰਦੇ ਵੀ ਬੰਦਾ ਬੰਧਨ 'ਚ ਪੈ ਜੇ ਛੁੱਟਣਾ ਬੜਾ ਔਖਾ ਜੀ। ਅਤੇ ਸਾਡੇ ਇੱਕ ਸਤਿਗੁਰੂ ਜੀ ਨੂੰ ਤਾਂ ਕਹਿੰਦੇ ਹੀ ਬੰਦੀ ਛੋੜ ਦਾਤਾ ਜੀ, ਛੇਵੇਂ ਪਾਤਸ਼ਾਹ ਨੂੰ। ਮਹਾਰਾਜ ਕਹਿਣ ਲੱਗੇ ਇੰਜ ਅਰਦਾਸ ਕਰਿਆ ਕਰੋ, ਸਿੱਖੋ ਸਤਿਗੁਰੂ ਅੱਗੇ ਪਰਮੇਸ਼ਰ ਅੱਗੇ ਆਖਿਆ ਕਰੋ, ਹੇ ਵਾਹਿਗੁਰੂ ਸਾਨੂੰ ਰੱਖ ਲਓ। ਰੱਖ ਲਓ ਦਾ ਅਰਥ ਹੈ ਸਾਨੂੰ ਬਚਾ ਲਓ, ਮਹਾਰਾਜ ਅਸੀਂ ਕਰਮਾਂ ਦੇ ਬੰਧਨਾਂ 'ਚ ਪਏ ਹਾਂ। ਕਰਮਾਂ ਦਾ ਬੰਧਨ ਬੰਦੇ ਨੂੰ ਟਿਕਣ ਨਹੀਂ 'ਚ ਦਿੰਦਾ ਜੀ, ਕਰਮਾਂ ਦਾ ਬੰਧਨ ਬਹੁਤ ਦੂਰ ਦੂਰ ਵੀ ਸੁੱਟ ਦਿੰਦਾ ਜੀ।
नानक कौ प्रभ राख लेहे मेरे साहिब बंदी मोच कत्तक होवै साध संग। जिन्हां नूं बाणी आउंदी है ना वो बोलिया करो कत्तक होवै साध संग। साध संग इस कत्तक दे महीने विच भावा सारी जिंदगी जपण वालियां दा संग हो जावे। साध कौन है जिहड़े जपदे है कत्तक होवै साध संग। साध संग गुरु अर्जन साहब कहिंदे बिन सहे सबे सोच सब सोचां फिकरां दुख झोरे बिनस जांदे है नास हो जांदे है पर साध संग करन दा भी तरीका हुंदा जी। एक उदाहरण दे के खिमा मंग लैनी है। गुरमुखां तो मैं बचन सुनिया सीगा कि किला श्री आनंदगढ़ साहब वाले महापुरख बाबा सेवा सिंह जी जिन्हां तो बाद बाबा लाभ सिंह जी होए आ तुहाडे चों कई ने बाबा लाभ सिंह जी का नाम सुनिया होगा। बाबा लाभ सिंह जी किला श्री आनंदगढ़ साहब वाले कार सेवा वाले कई ने उन्होंने दे दर्शन भी किए होंगे। उन्होंने पहला सीगे बाबा सेवा सिंह जी। बाबा सेवा सिंह जी कार सेवा वाले महापुरखा ने उस इलाके नू आबाद किया सी साध संगत जी। तख्त श्री केसगढ़ साहब जिन्ना अज वधिया असी दर्शन करते हैं ना उदों बिल्कुल इहो जी थां नहीं सी जी। ते बाबा लाभ सिंह जी गुरमुख रूह सीगे जी। बहुता वह दुआबे दे विच साध संगत जी सेवा लैन जांदे हुंदे सीगे। 18 साल एक सिंह दे घर प्रशादा छकदे रहे जी। जदों उन्होंने उस पिंड विच जाना दुआबे दा पिंड है उस पिंड विच जाना ते प्रशादा उरे घरों छकना सिंह दे घरों जाना ते ग्रंथी सिंह नूं कहना वाहिगुरु अनाउंसमेंट कर दो भी सेवा लोग संगतां आके दे देण। ग्रंथी सिंह ने अनाउंसमेंट कर देनी भी बाबा जी आए है जिन्हां ने सेवा देनी सेवा दिओ। लोग दाने भर भर के देंदे हुंदे सीगे दाने भी देने माया भी देनी। फोर व्हीलर उस जमाने दे जिहड़े सीगे वह लै जांदे सीगे। ते महापुरखां ने लगातार 18 साल उस पिंड की उगराई की ते साध संगत जी प्रशादा गुरमुख सिंह दे घर छकना ते गुरमुख सिंह की सिंघणी ने आप प्रशादा छकाउणा नाल सिंह भी हुंदे सी महापुरखां दे बड़े प्यार नाल प्रशादे की सेवा करनी ते कदी भी प्रशादा छकाउण तो बाद ए नहीं सी कहा भी साड़ी ए अरदास कर दिओ। अज ते प्रशादा छकाउने आ नाल ही अरदास दी लिस्ट भी भाई साहब नूं दे देने आ उन्हां नूं भी चिंता पै जांदी भी रोटियां दो खाधियां ने ते अरदासां भी करा लैणियां ने ते अज 99% अरदासां जिहड़ियां ओह वीजे दियां हुंदियां जी वीजे दियां जी भी ए वीजा लगदे प्रशादा छकाउणा उन्हें ते बिल्कुल उन्हें यह नहीं कहना भी साड़ी कोई अरदास कर दो नहीं। महापुरखां ने प्रशादा छक के सतनाम वाहिगुरू करदिआं तखत साहिब पहुँच जाणा जी। अज महापुरख उस पिंड च ग्राही करन चले जी। बाबा सेवा सिंह जी बहुत घट गल करदे सीगे ते ज़्यादा वाहिगुरू करके गल करदे सी। जिन्हों संबोधित करना वाहिगुरू बह जाओ वाहिगुरू पानी पी लो जल छक लो। नेम सीगा 2:30 बजे तख्त श्री केसगढ़ साहब हाजर हो के साध संगत जी वो दर्शन परसन करते। अज अमृत वेले 2:30 बजे जदों सतगुरु जी के सामने खलोते ना महाराज के तख्त साहब से एकदम मन में आया भी अज जाना उस पिंड सानू 18 साल हो गए है गुरमुख सिंह के घरों प्रशादा छकते हैं उन्होंने कदी नहीं किया साड़ी अरदास करो।
ਤੇ ਗੁਰਮੁਖ ਸਿੰਘ ਦੀਆਂ ਤਿੰਨ ਧੀਆਂ ਸਨ, ਲੜਕਾ ਨਹੀਂ ਸੀ ਹੈਗਾ। ਕਦੀ ਨਾ ਗੁਰਮੁਖ ਸਿੰਘ ਨੇ ਨਾ ਉਹਦੀ ਘਰਵਾਲੀ ਨੇ ਕਦੀ ਕਿਸੇ ਨੇ ਨਹੀਂ ਕਿਹਾ ਵੀ ਸਾਡੇ ਅਰਦਾਸ ਕਰ ਦਿਓ ਲੜਕਾ ਹੋ ਜੇ। ਅਤੇ ਮਨ ਵਿੱਚ ਆਇਆ ਅਰਦਾਸ ਕਰਤੀ, ਸਤਿਗੁਰੂ ਤੁਸੀਂ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਗੁਰਮੁਖ ਸਿੰਘ ਨੂੰ ਭਚੰਗੀ ਦੇ ਦਿਓ, ਆਪਣਾ ਸਿੰਘ ਦੇ ਦਿਓ ਕੋਈ, ਉਹਦੇ ਘਰ ਮਹਾਰਾਜ ਸੇਵਾ ਦਾ ਬੂਟਾ ਲੱਗ ਜਾਵੇ। ਕਿਉਂਕਿ ਧੀਆਂ ਨੇ ਵਿਆਹ ਕੇ ਚਲੇ ਜਾਣਾ, ਅਸੀਂ ਜਦੋਂ ਗ੍ਰਾਹੀ ਕਰਨ ਜਾਣਾ ਤਾਂ ਪ੍ਰਸ਼ਾਦਾ ਕਿੱਥੋਂ ਛਕਣਾ। ਅਤੇ ਮਹਾਰਾਜ ਸੇਵਾ ਦਾ ਬੂਟਾ ਲੱਗ ਜਾਵੇ, ਉਹਨੇ ਇਹ ਅਰਦਾਸ ਕਰਤੀ ਜੀ ਮਹਾਂਪੁਰਖਾਂ ਨੇ। ਚਲੋ ਅੰਮ੍ਰਿਤ ਵੇਲੇ ਅਰਦਾਸ ਕਰਕੇ ਗੱਡੀ 'ਚ ਬੈਠੇ, ਦਿਨ ਚੜ੍ਹਦੇ ਤੱਕ ਉਸ ਪਿੰਡ ਵਿੱਚ ਪਹੁੰਚ ਗਏ ਅਤੇ ਗ੍ਰੰਥੀ ਸਿੰਘ ਨੂੰ ਆਖਿਆ ਵਾਹਿਗੁਰੂ ਅਨਾਊਂਸਮੈਂਟ ਕਰ ਦੇ। ਉਹਨੇ ਅਨਾਊਂਸਮੈਂਟ ਕਰਤੀ ਵੀ ਕਿਲ੍ਹਾ ਸ੍ਰੀ ਆਨੰਦਗੜ੍ਹ ਵਾਲੇ ਮਹਾਂਪੁਰਖ ਭਾਈ ਸੇਵਾ ਲੈਣ ਆਏ ਆ, ਸਾਰੇ ਆ ਕੇ ਸੇਵਾ ਦੇ ਜਾਓ। ਅਨਾਊਂਸਮੈਂਟ ਕਰਤੀ ਅਤੇ ਮਹਾਂਪੁਰਖ ਪ੍ਰਸ਼ਾਦਾ ਛਕਣ ਚੱਲੇ ਨਾ ਤੁਰੇ, ਅਤੇ ਗ੍ਰੰਥੀ ਸਿੰਘ ਕਹਿਣ ਲੱਗਾ ਬਾਬਾ ਜੀ ਅੱਜ ਪ੍ਰਸ਼ਾਦਾ ਗੁਰਦੁਆਰੇ ਹੀ ਛਕ ਲਓ, ਅੱਜ ਇੱਥੇ ਹੀ ਪ੍ਰਸ਼ਾਦਾ ਛਕ ਲਓ। ਕਿਉਂ? ਉਹ ਬੀਬੀ ਜਿਹਨੇ ਤੁਹਾਨੂੰ ਪ੍ਰਸ਼ਾਦਾ ਛਕਾਉਣਾ, ਅੱਜ ਤੁਹਾਨੂੰ ਉੱਥੋਂ ਪ੍ਰਸ਼ਾਦਾ ਨਹੀਂ ਮਿਲਣਾ, ਬੀਬੀ ਰਾਤ ਦੀ ਚੜ੍ਹਾਈ ਕਰ ਗਈ ਹੈ। 54 ਸਾਲ ਸੀ ਬੀਬੀ ਦੀ, ਬੀਬੀ ਰਾਤ ਦੀ ਚੜ੍ਹਾਈ ਕਰ ਗਈ ਹੈ, ਅੱਜ ਤੁਹਾਨੂੰ ਉਸ ਘਰੋਂ ਪ੍ਰਸ਼ਾਦਾ ਨਹੀਂ ਮਿਲਣਾ। ਹੱਥ 'ਚੋਂ ਖੁੰਡਾ ਮਹਾਂਪੁਰਖਾਂ ਦੇ ਹੁੰਦਾ ਸੀ। ਕਹਿਣ ਲੱਗੇ ਵਾਹਿਗੁਰੂ ਐਵੇਂ ਕਿਵੇਂ ਚੜ੍ਹਾਈ ਕਰ ਗਈ, ਅਸੀਂ ਤਾਂ ਪ੍ਰਸ਼ਾਦਾ ਛਕਣਾ। ਅਤੇ ਨਾਲੇ ਵੇਖੋ ਮਨ ਵਿੱਚ ਇਹ ਵੀ ਆਇਆ ਵੀ ਅਸੀਂ ਤਾਂ ਅਰਦਾਸ ਕੀਤੀ ਆ ਵੀ ਮਹਾਰਾਜ ਉਹਨੂੰ ਪੁੱਤ ਬਖਸ਼ੋ। ਚਲੋ ਮਹਾਂਪੁਰਖ ਗਏ ਸਾਧ ਸੰਗਤ ਜੀ, ਰਿਸ਼ਤੇਦਾਰ ਕੁਝ ਪਹੁੰਚ ਗਏ ਸੀ, ਪਿੰਡ ਵਾਲੇ ਵੀ ਬੈਠੇ ਸੀਗੇ, ਰੋਣ ਦਏ ਸੀ। ਅਤੇ ਮਹਾਂਪੁਰਖ ਮਗਰ ਬਹਿ ਗਏ, ਕਹਿੰਦੇ ਭਾਈ ਸਤਨਾਮ ਵਾਹਿਗੁਰੂ ਜਪੋ, ਵਾਹਿਗੁਰੂ ਜਪੋ। ਉਹ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਣ ਲੱਗ ਪਏ। ਦੋ ਬੱਚੀਆਂ ਵਿਆਹੀਆਂ ਸੀਗੀਆਂ, ਕੁਝ ਸਮੇਂ ਬਾਅਦ ਉਹ ਵੀ ਆਉਣ ਆ ਗਈਆਂ, ਨਾਲ ਰਿਸ਼ਤੇਦਾਰ ਆਏ ਅਤੇ ਇੱਕ ਬੀਬੀ ਉਹਦਾ ਚਿਹਰਾ ਵੇਖਣ ਲੱਗੀ ਜੀ, ਵੀ ਪਰਦਾ ਮੂੰਹ ਤੋਂ ਕੱਪੜਾ ਚੁੱਕੋ ਚਿਹਰਾ ਵੇਖ ਲਈਏ। ਜਦੋਂ ਚਿਹਰਾ ਵੇਖਣ ਲੱਗੇ ਤਾਂ ਉਹ ਪਰਾਂ ਹੋਈ ਕਹਿਣ ਲੱਗੀ ਵੀ ਇਹਦੀਆਂ ਤਾਂ ਅੱਖਾਂ ਖੁੱਲੀਆਂ ਨੇ। ਅਤੇ ਚਲੋ ਗੁਰਮੁਖ ਸਿੰਘ ਕਹਿਣ ਲੱਗਾ ਵੀ ਫਿਰ ਹੱਥ ਨਾ ਬੰਦ ਕਰ ਦਿਓ, ਅੱਖਾਂ ਕਈ ਵਾਰੀ ਖੁੱਲ੍ਹ ਜਾਂਦੀਆਂ ਨੇ, ਬੰਦ ਕਰ ਦਿਓ। ਉਹਨੇ ਬੰਦ ਕਰਤੀ, ਫਿਰ ਕੱਪੜਾ ਦੇ ਤਾ। ਕੁਝ ਸਮੇਂ ਬਾਅਦ ਫਿਰ ਰਿਸ਼ਤੇਦਾਰ ਆਏ, ਕਹਿਣ ਲੱਗੇ ਚਿਹਰਾ ਵਿਖਾ ਦਿਓ। ਸਾਧ ਸੰਗਤ ਗੁਰਮੁਖ ਸਿੰਘ ਕੱਪੜਾ ਚੁੱਕ ਕੇ ਚਿਹਰਾ ਵਿਖਾਉਣ ਲੱਗਾ ਬੀਬੀ ਦਾ, ਅਤੇ ਗੁਰਮੁਖ ਸਿੰਘ ਆਪ ਹੀ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਤਾਂ ਅੱਖਾਂ ਘੁਮਾਉਣ ਲੱਗ ਪਈ ਹੈ, ਇਹ ਤਾਂ ਅੱਖਾਂ ਵੇਖਣ ਦਾ ਹੀ ਆਸੇ ਪਾਸੇ। ਕੁਝ ਸਮੇਂ ਬਾਅਦ ਸੁਰਤ ਆਈ, ਉਹ ਉੱਠ ਕੇ ਬੈਠ ਗਈ ਅਤੇ ਸਾਰੇ ਹੈਰਾਨ ਹੋ ਗਏ, ਆਸੇ ਪਾਸੇ ਹੋਣ ਲੱਗੇ। ਬਾਬਾ ਸੇਵਾ ਸਿੰਘ ਕਹਿੰਦੇ ਭਾਈ ਰੌਲਾ ਨਾ ਪਾਓ, ਭਾਈ ਸਤਨਾਮ ਵਾਹਿਗੁਰੂ ਜਪੋ। ਦੋ ਚਾਰ ਮਿੰਟ ਸਤਨਾਮ ਵਾਹਿਗੁਰੂ ਕੀਤਾ, ਮਾਹੌਲ ਥੋੜ੍ਹਾ ਜਿਹਾ ਸ਼ਾਂਤ ਹੋਇਆ। ਉਹ ਕਹਿੰਦੀ ਵੀ ਇਹ ਇੱਥੇ ਕਿਉਂ ਆਏ ਆ? ਅਤੇ ਗੁਰਮੁਖ ਸਿੰਘ ਕਹਿਣ ਲੱਗਾ ਵੀ ਤੂੰ ਤਾਂ ਚੜ੍ਹਾਈ ਕਰ ਗਈ ਸੈਂ, ਤੂੰ ਤਾਂ ਸਰੀਰ ਤਿਆਗ ਗਈ ਸੈਂ, ਆ ਮਹਾਂਪੁਰਖ ਆਏ ਸੀ ਪ੍ਰਸ਼ਾਦਾ ਛਕਣ, ਉਹਨੇ ਰਿਸ਼ਤੇਦਾਰ ਜਿਹੜੇ ਨਾਲ ਆਏ ਆ ਉਹਨਾਂ ਨੂੰ ਨਾਲ ਲੈ ਕੇ ਲੋਹਤ ਪਾਈ। ਸਾਧ ਸੰਗਤ ਜੀ ਉੱਥੇ ਪ੍ਰਸ਼ਾਦਾ ਪਕਾ ਕੇ ਮਹਾਂਪੁਰਖਾਂ ਨੂੰ ਛਕਾਇਆ ਅਤੇ ਮਹਾਂਪੁਰਖ ਪ੍ਰਸ਼ਾਦਾ ਛਕ ਕੇ ਕਹਿਣ ਲੱਗੇ ਭਾਈ ਗੁਰਮੁਖ ਸਿੰਘ 18 ਸਾਲ ਹੋ ਗਏ ਤੇਰੇ ਘਰੋਂ ਪ੍ਰਸ਼ਾਦਾ ਛਕਦੇ ਹਾਂ, ਤੁਸੀਂ ਕਦੀ ਵੀ ਅਰਦਾਸ ਨਹੀਂ ਕਰਾਈ ਸਾਡੇ ਕੋਲੋਂ ਵੀ ਪ੍ਰਸ਼ਾਦਾ ਛਕ ਕੇ ਆ ਅਰਦਾਸ ਕਰ ਦਿਓ, 18 ਸਾਲ ਹੋ ਗਏ ਹੈ। ਅੱਜ ਜਦੋਂ ਅੰਮ੍ਰਿਤ ਵੇਲੇ ਤੁਰੇ ਸਾਂ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੇ ਸਾਂ, ਸਤਿਗੁਰੂ ਗੁਰਮੁਖ ਸਿੰਘ ਦੇ ਘਰ ਬੂਟਾ ਲਾ ਦਿਓ ਸੇਵਾ ਦਾ, ਇਹਦੇ ਘਰੋਂ ਤੁਹਾਡੇ ਦਰ ਘਰ ਵਾਸਤੇ ਸੇਵਾ ਆਉਂਦੀ ਰਹੇ, ਇਹਦੇ ਘਰੋਂ ਬੂਟਾ ਲੱਗ ਜਾਵੇ। ਸਾਧ ਸੰਗਤ ਜੀ ਕਹਿੰਦੇ ਅਰਦਾਸ ਕੀਤੀ ਸੀਗੀ ਅਤੇ ਹੁਣ ਬਾਜਾਂ ਵਾਲੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਹੈ। ਜਿੰਨੀ ਉਮਰ ਹੁਣ ਹੈ ਨਾ, ਦੂਣੀ ਉਮਰ ਮਹਾਰਾਜ ਨੇ ਭਾਈ ਤੇਰੀ ਸਿੰਘਣੀ ਨੂੰ ਦੇ ਦਿੱਤੀ ਹੈ।
और गुरमुखा ने दर्शन किए। साध संगत जी उदो 54 साल उम्र सी, 108 साल की होकर माई ने शरीर त्याग गया सी। पुत्र भी होया ते हुण इको एक पुत सी कोल ते रखना सी, पर माई ने कहा सी महाराज बाजां वाले सतगुरु जे पोतरे दे दिओ ना तो एक पोतरा तुहानू ही दे दांगी सेवा विच। साध संगत जी तीन पोतरे होए सन, तिना पोतरियां विचों एक पोतरा उन्हें पक्का ही महापुरखां नू दे दिता सी, नाल ही तोरता सी भी यह सेवा ही करेगा गुरु घर दी। जपण वालियां दा संग कोई निष्काम रूप विच करे सही। साध संगत जी जपण वालियां दा संग जदों कोई निष्काम रूप विच करदा है ना, अपनी इच्छा नहीं रखदा, तो फिर जपण वाले कृपा कर देंदे है, भाव जिदा वो नाम जपदे है वह वाहिगुरु जी कृपा कर देंदे है, संग करन वालियां दियां सारियां फिकरां दूर हो जांदियां ने जी, सब फिकरां दूर हो जांदियां। टाइम कई वारी लग जांदा, बंदा काला पै जांदा, पर लगा रवे इत्थे सब कुछ मिलदा। पहला कर्म कट्टे जांदे आ, पुन बणदे आ, फिर सतगुरु निहाल कर देंदे जी। कत्तक होवै साध संग बिनसह सभे सोच। जपण वालियां दा संग होवे, बंदा नाल जपे, संग करे, ते साध संगत जी सब सोचां फिकरां नाश हो जांदियां। महाराज कृपा करन, कर्मां करके ही विछड़े। अज दा मुख वाक कत्तक कर्म कमावणे, बोलिया करो भाई जिन्हां नूं बाणी आउंदी, पहलां बेनती कीती कत्तक कर्म कमावणे, दोस ना काहू जोग। महाराज कहिंदे कर्म बंदा करदा, दोष दूजिया नूं ना दो जदों फल मिलदा, ते कर्मा करके बंदा वाहिगुरु तों विछड़दा। किरत कर्म के विछड़े, कर्मा करके साध संगत जी विछड़ जांदा, ते अज तक जेड़ा कोई वाहिगुरु नूं मिलिया उहदी किरपा करके मिलिया साध संगत जी। वाहिगुरु जी ने किरपा कीती तो उहदा मिलाप हो जांदा जी। कर किरपा मिल हो राम, चार कुंट दह दिस भ्रमे, हक आए प्रभ की शान। महाराज कृपा करन, अरदास करो महाराज साढ़े ते भी कृपा करके अपने नाल मेल लो, अपने प्यारियां नाल मेल लो जी। आओ प्यार नाल पंक्ति पढ़िए, समा हो गया, सारी संगत गज के कहो कर किरपा मेलो राम, कर किरपा मेलो राम, किरत करम के बिछड़े, किरत करम के बिछड़े, किरत करम के बिछड़े, किरत करम के बिछड़े, कर कृपा मिल हो राम, कर कृपा मिल हो राम, कर कृपा कर कृपा मिल हो राम, कर कृपा मिल हो राम, कर कृपा कर कृपा मेल हो राम, कर कृपा मेल हो राम, कर कृपा मेल हो राम, कर कृपा मेल हो राम,
किरत करम के भी छुड़े, 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 कर कृपा मिल हो राम, कर कृपा मिल हो राम, कर कृपा, कर कृपा मिल हो राम, कर कृपा मिल हो राम, कर कृपा, सतगुरु जी कृपा करन बख्शिश करन, कत्तक होवै साध संग बिनसह सबे सोध, जपण वालियां दा संग होवे ते संगत करदियां 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 फिर जिहदा जाप जपीदा उहनू मिल सकीए। सतगुरु जी साडे उत्ते कृपा करन, भुल्लां चुक्कां दी माफ़ी बख्शिश करनी। 23 तरीक नूं बाबा बुढ़ा साहिब जी का जन्मदिन मनावांगे, सारिआं नूं बेनती है आप जी पहुंचो, क्योंकि जे किसी ने सब तो वध सिखी कमाई है वह बाबा बुढ़ा जी ने कमाई साध संगत जी। बाबा बुढ़ा साहब जी तो वध सिखी नहीं कोई कमा सकिया, ये गुरु अमरदास जी का वचन है। बाबा बुढ़ा साहब तुसी सिखी की हद, मतलब हद बन गई भी ये तो अगे नहीं है, ये हद है। बाबा बुढ़ा साहब नूं सिखी दी हद कहा, महान गुरसिख आदि गुरसिख धन बाबा बुढ़ा साहब जी का जन्म दिहाड़ा 23 तरीक नूं शामां दे दीवाना विच मनावांगे। सारिआं ने आउणा है, भुल्लां दी माफ़ी बख्शिश कर रहे, गज के फतेह बुलाओ। वाहिगुरु जी का खालसा, वाहिगुरु जी की फतेह।